ਗੜਸ਼ੰਕਰ ਇਲਾਕੇ ਬੀਤ ਦੇ ਪਿੰਡ ਗੜੀ ਮਾਨਸੋਵਾਲ ਵਿਖੇ ਇੱਕ 68 ਸਾਲ ਦੀ ਔਰਤ ਦਰਸ਼ਵਾਲਾ ਪਤਨੀ ਸੁਰਗੇ ਰਾਮ ਮੂਰਤੀ ਦਾ ਦੇਰ ਰਾਤ ਬੇਰਾਮੀ ਨਾਲ ਤੇਜ਼ ਥਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੋਸ਼ੀ ਮੌਕੇ ਤੇ ਫਰਾਰ ਹੋ ਗਏ ਤੇ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ, ਸਿੰਗੀ ਤੇ ਮੋਬਾਈਲ ਵੀ ਲੈ ਗਏ। ਔਰਤ ਦਰਸ਼ਵਾਲਾ ਪਿਛਲੇ ਲੰਮੇ ਸਮੇਂ ਤੋਂ ਘਰ 'ਚ ਇਕੱਲੀ ਰਹਿੰਦੀ ਸੀ ਤੇ ਉਹ ਆਂਗਨਵਾੜੀ ਹੈਲਪਰ ਸੀ। ਔਰਤ ਦਾ ਇਕੱਲਾ ਪੁੱਤਰ ਗੜਸ਼ੰਕਰ ਵਿਖੇ ਰਹਿੰਦਾ ਹੈ ਜਿੱਥੇ ਉਹ ਸਰਕਾਰੀ ਟੀਚਰ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੇ ਸਮਾਜ ਸੇਵੀ ਜਰਨੈਲ ਜੈਲਾ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ SP DSP ਰਾਕੇਸ਼ ਕੁਮਾਰ, DSP ਗੜਸ਼ੰਕਰ ਸਤੀਸ਼ ਕੁਮਾਰ, ਥਾਣਾ ਮੁਖੀ ਗਗਨਦੀਪ ਸਿੰਘ ਅਤੇ ਚੌਂਕੀ ਇੰਚਾਰਜ ਬੀਣੇਵਾਲ ਮਹਿੰਦਰਪਾਲ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਜਾਇਜ਼ਾ ਲਿਆ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੜਸ਼ੰਕਰ ਸਿਵਲ ਹਸਪਤਾਲ ਭੇਜ ਦਿੱਤੀ। ਪੁਲਿਸ ਨੇ ਅਣਪਛਾਤੇ ਮੁਰਜ਼ਮਾਂ ਖਿਲਾਫ਼ ਧਾਰਾ 460 IPC ਅਧੀਨ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।